होरां दी हमैत जदों करन लगो तां उदों समझो के रब ने सुखाले करते जिनी हथी मंगियां दुआवां उही हथ अज सुख नाल दान देण वाले करते। लो जी अज मैं जिहड़ियां हस्तियां दे सामने खड़ा आ और मेरी तो हिम्मत नहीं कर रही कि मैं इन्हां दे कोलों दी कोई अपना कुछ पुछां। मनुखता की सेवा लुधियाना दे विच अज असीं इत्थे आए होए आ और साडी इत्थे लाइव म्यूजिक गड्डी अज इत्थे रंगारंग प्रोग्राम पेश करन आई है। और अज असीं इस तरह के लोगों के नाल इत्थे डांस किया नचे हाँ कि वह नचते नचते उन्हां दीआं अक्खां दे विचों दी पाणी आ गया सी और साडे नाल जिन्ने बंदे आए सी वह भी इत्थे इमोशनल हो गए। और अज मेरे नाल शहर दीआं नामी हस्तियां गुरप्रीत जी मिंटू और अनमोल कवात्रा जी, ये शहर के बहुत ही नामी समाज सेवक ने और अज असीं इन्हां दे नाल गल करदे हां। इन्हां ने सानूं इत्थे अपना सद्दा दित्ता सीगा और अज इन्हां नूं सानूं इत्थे बुला के किवें लग रहा है? ये तां शब्द ही है नहीं कोई किवें लग रहा, क्योंकि सानू किवें लग रहा इहदा कोई मैटर ही नहीं करदा। जो साडे परिवार के मैंबर आ, साडे बच्चे, साडे बजुर्ग, उन्होंने अज इन्ना इंजॉय किया देख के खुद अखा च पानी आ गया, क्योंकि जदों तो चार सालों तो सेवा दे विच लगे हुए हैं अज तक इन्ने खुश कदे नहीं देखा सी उन्होंने, तो अज वो इन्ने ज़्यादा खुश आ। गोपाल बापू उन्होंने जिन्होंने गुलामी सही, चाहे वह बापू रमेश चंद शर्मा, चाहे बापू भगत सिंह, चाहे वह अपना जमातू आ, इन्ने ज़्यादा नचे सारे, कोई संगलों ना बन्ने, कोई कीड़िया तो खादा जा रहा, कोई गुलामी की जिंदगी ज्यौदा, कोई नरक तो भी बदतर जिंदगी ज्यौन लई मजबूर। अज उन्होंने उस स्वर्ग दे विच अज उह यानी कि उन्होंने झूठा लिया जिहड़ा सेठी साहब ने आके सानू कहा सी इन्होंने भी मैं किदां दा कुछ करके जावांगा भी तुसीं मैनूं क्या करोंगे भी आ जा करो हर रोज। ਜ਼ਮਾਨਾ ਹੁੰਦਾ ਸੀਗਾ ਜਦੋਂ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਵੀ ਇਹ ਰੱਬ ਦਾ ਰੂਪ ਹੁੰਦਾ ਜੀ, ਔਰ ਅੱਜ ਕੱਲ੍ਹ ਕੁਛ ਪ੍ਰਾਈਵੇਟ ਡਾਕਟਰ ਇਹ ਰੱਬ ਦਾ ਦਰਜਾ ਉਹਨਾਂ ਦੇ ਹੱਥੋਂ ਦੀ ਖੁੰਦਾ ਜਾ ਰਿਹਾ। ਅੱਜ ਤੱਕ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਕੁਛ, ਮੈਂ ਸਾਰੇ ਨਹੀਂ ਕਹਿ ਰਿਹਾ ਜੀ, ਮੈਂ ਕੁਛ ਦੀ ਗੱਲ ਕਰ ਰਿਹਾ ਵੀ ਜਿਵੇਂ ਅੱਜ ਕੱਲ੍ਹ ਇਹ ਲੁੱਟਾਂ ਇਹ ਮੱਚੀਆਂ ਹੋਈਆਂ ਨੇ ਪ੍ਰਾਈਵੇਟ ਹਸਪੀਟਲ ਵਾਲਿਆਂ ਦੀਆਂ ਵੀ ਲੱਖ ਲੱਖ ਰੁਪਏ ਬਿੱਲ, ਦੋ ਦੋ ਲੱਖ ਰੁਪਏ ਬਿੱਲ, ਅਤੇ ਇਹਦੇ ਬਾਰੇ ਭਾਅ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਦੋਂ ਤੁਸੀਂ ਦੇਖੋ ਇੰਨਾ ਪਿਆਰ ਦਿੱਤਾ ਬਾਈ ਜੀ ਨੂੰ ਆ ਕੇ, ਮੇਰੀ ਤਾਂ ਚਲੋ ਔਕਾਤ ਵੀ ਹੈ ਨਹੀਂ ਕਿ ਮੈਂ ਤੁਹਾਡੇ ਬਰਾਬਰ ਵੀ ਕਰ ਸਕਦਾ, ਤੁਸੀਂ ਬਹੁਤ ਵੱਡੇ ਹੋ ਮੇਰੇ ਤੋਂ, ਤੁਸੀਂ ਜਿਹੜਾ ਇੱਕ ਬੱਚਾ ਸਮਝ ਕੇ ਨਾਲ ਐਨ ਜੀ ਓਜ਼ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਹੋ, ਇਹਦੇ ਨਾਲ ਸੁਸਾਇਟੀ 'ਚ ਪੋਜ਼ਿਟਿਵਿਟੀ ਆਏਗੀ, ਕਿਉਂਕਿ ਅੱਜ ਕੱਲ੍ਹ ਕੁਛ ਐਨ ਜੀ ਓਜ਼ ਆਪਣੇ 'ਚ ਇੱਕ ਦੂਜੇ ਨੂੰ ਕੰਪੀਟੀਸ਼ਨ ਸਮਝਦੀਆਂ ਜਿਹੜੀ ਗਲਤ ਗੱਲ, ਜਿੰਨਾ ਇਕੱਠੇ ਰਹੋਗੇ ਕਹਾਵਤ ਵੀ ਹੈਗੀ ਆ ਲੱਕੜੀ ਜਿੰਨੀ ਇਕੱਠੀਆਂ ਨਹੀਂ ਟੁੱਟਦੀਆਂ ਇਕੱਲੀ ਇਕੱਲੀ ਟੁੱਟ ਜਾਏਗੀ, ਜੇ ਸਾਥ ਰਹੇਗਾ ਤਾਂ ਆਉਣ ਵਾਲੇ 3-4-5 ਸਾਲਾਂ 'ਚ ਇਹ ਵੀ ਦੁੱਖ ਦੂਰ ਹੋ ਜਾਏਗਾ ਕਿ ਹੋਸਪਿਟਲ ਵਾਲਿਆਂ 'ਤੇ ਨਕੇਲ ਨਹੀਂ ਕੱਸੀ ਜਾ ਰਹੀ, ਵੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇਕੱਠੇ ਹਾਂ ਭਾਅ ਜੀ ਤੁਸੀਂ ਸਾਰੀਆਂ ਸੰਸਥਾਵਾਂ ਇਕੱਠੀਆਂ, ਤਾਂ ਇੱਕ ਵਾਰੀ ਤਾਂ ਸੋਚਣਗੇ ਕਿ ਨਹੀਂ ਇਹ ਇਕੱਠੇ ਨੇ ਅਤੇ ਕੁਛ ਵੀ ਐਕਸ਼ਨ ਲੈ ਸਕਦੇ। ਬਿਲਕੁਲ ਜੀ, ਦੇਖੋ ਜੀ ਮੈਂ ਕੋਈ ਪੱਤਰਕਾਰ ਨਹੀਂ, ਕੋਈ ਰਿਪੋਰਟਰ ਨਹੀਂ ਆਇਆ, ਤੁਸੀਂ ਮਾਈਕ ਬਾਜ਼ਾਰ ਦੇ ਵਿੱਚੋਂ ਦੀ ਕਿਤੋਂ ਵੀ ਖਰੀਦ ਸਕਦੇ ਹੋ, ਕੋਈ ਲੋਗੋ ਨਹੀਂ ਲੱਗਿਆ ਕਿਸੇ ਵੀ ਚੈਨਲ ਵਾਲੇ ਦਾ, ਇਹ 1000 ਰੁਪਏ ਦਾ ਅਸੀਂ ਖਰੀਦਿਆ ਭਾਅ ਜੀ, ਔਰ ਮੈਨੂੰ ਬਹੁਤ ਚੰਗਾ ਲੱਗਿਆ ਜੀ, ਮੈਂ ਇਹਨਾਂ ਲੋਕਾਂ ਦੇ ਅੱਜ ਵਿਚਾਰ ਸੁਣੇ ਨੇ, ਵਾਕਈ ਜੇ ਅਸੀਂ ਸਮਾਜ ਸੇਵੀ ਸਾਰੇ ਇਕੱਠੇ ਹੋ ਜਾਵਾਂਗੇ ਤਾਂ ਇਲਾਜ ਸਸਤੇ ਹੋ ਜਾਣਗੇ ਔਰ ਹਰ ਇੱਕ ਬੰਦਾ ਆਪਣੀ ਵਧੀਆ ਜ਼ਿੰਦਗੀ ਜੀ ਲੇਗਾ। ਪਿਆਜ਼ ਭਾਵੇਂ ਜੀ 200 ਰੁਪਏ ਕਿਲੋ ਹੋ ਜਾਏ ਕੋਈ ਚੱਕਰ ਨਹੀਂ ਹੈ, ਮਹਿੰਗਾਈ ਜਿੱਡੀ ਮਰਜ਼ੀ ਹੋ ਜਾਏ ਕੋਈ ਚੱਕਰ ਨਹੀਂ ਹੈ, ਜਦੋਂ ਕੋਈ ਬੰਦਾ ਇਲਾਜ ਤੋਂ ਮੁਹਤਾਜ ਹੋ ਜਾਂਦਾ ਹੈ ਜੀ, ਉਸ ਵਕਤ ਇਨਸਾਨੀਅਤ ਬਿਲਕੁਲ ਖਤਮ ਹੋ ਜਾਂਦੀ। ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ, ਯਾ ਪੰਜਾਬੀ ਏ ਓਏ ਮੇਰਾ।